ਇਹ ਸੰਤ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ 'ਤੇ ਅਪਾਰ ਕਿਰਪਾ ਕੀਤੀ ਹੈ। ਇਹਨਾਂ ਦੀ ਰਸਨਾ 'ਤੇ ਆਪ ਬੈਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਕੋਲੋਂ ਮਨੋਹਰ ਕੀਰਤਨ ਦੀ ਸੇਵਾਵਾਂ ਲੈ ਰਹੇ ਹਨ। ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਇਹ ਇਸੇ ਤਰੀਕੇ ਦੇ ਨਾਲ ਗੁਰੂ ਪੰਥ ਦੀ ਗੁਰੂ ਗ੍ਰੰਥ ਦੀ ਸੇਵਾ ਕਰਦੇ ਰਹਿਣ। ਹੁਣ ਆਪ ਜੀ ਦੇ ਸਾਹਮਣੇ ਅੱਜ ਦੇ ਵਿਸ਼ਾ ਦੇ ਉੱਤੇ ਸਾਡੇ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਅੱਜ ਦੇ ਵਿਸ਼ੇ ਦੇ ਉੱਤੇ ਗੁਰਮਤ ਵਿਚਾਰਾਂ ਆਪ ਜੀ ਨਾਲ ਸਾਂਝੇ ਕਰਨਗੇ। ਮੈਂ ਆਪ ਜੀ ਦੀ ਚਰਨਾਂ 'ਚ ਬੇਨਤੀ ਕਰਦਿਆਂ ਕਿ ਕੱਲ੍ਹ ਐਤਵਾਰ 13 ਅਗਸਤ ਸਵੇਰੇ 6:30 ਤੋਂ 9:30 ਵਜੇ ਤੱਕ ਭਾਈ ਵੀਰ ਸਿੰਘ ਹਾਲ ਲਾਰੈਂਸ ਰੋਡ ਵਿਖੇ ਇਹ ਲੜੀਵਾਰ ਜੋ ਪ੍ਰੋਗਰਾਮ ਚੱਲ ਰਹੇ ਹਨ, ਇਹ ਸਮਾਗਮ ਕੱਲ੍ਹ ਸਵੇਰੇ 6:30 ਤੋਂ 9:30 ਵਜੇ ਤੱਕ ਹੋਣਗੇ, ਜਿਹਦਾ ਵਿਸ਼ਾ ਹੈ ਸਭ ਕੋ ਉਮੀਦ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। 7:45 ਵਜੇ ਇਸ ਪ੍ਰੋਗਰਾਮ ਦੇ ਲਈ ਸੰਗਤਾਂ ਨੂੰ ਭਾਈ ਵੀਰ ਸਿੰਘ ਹਾਲ ਲਿਜਾਣ ਲਈ ਗੁਰੂ ਰਾਮਦਾਸ ਹੋਸਪਿਟਲ ਸ਼ਹੀਦਾਂ ਤੋਂ ਬੱਸ ਆਰੰਭ ਹੋਏਗੀ ਅਤੇ ਵਾਪਸੀ ਵੀ ਸੰਗਤਾਂ ਨੂੰ ਉੱਥੇ ਲਿਆ ਕਰਕੇ ਬੱਸ ਦੀ ਸੇਵਾ ਜੋ ਹੈ ਉਹ ਆਪ ਜੀ ਦੀ ਕੀਤੀ ਜਾਵੇਗੀ। ਸ਼ਾਮ ਦੇ ਪ੍ਰੋਗਰਾਮ ਜੋ ਹਨ ਉਹ 7 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ 10ਵੀਂ ਆਕਾਸ਼ ਐਵਨਿਊ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਹੋਣਗੇ, ਜਿੱਥੇ ਕਿ ਵਿਸ਼ਾ ਹੈ ਸੱਭੇ ਜੀ ਸਮਾਲ ਆਪਣੀ ਮਿਹਰ ਕਰ। ਸਵੇਰ ਦੇ ਪ੍ਰੋਗਰਾਮਾਂ ਦੇ ਵਿੱਚ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ, ਗਿਆਨੀ ਯੁਵਰਾਜ ਸਿੰਘ ਜੀ, ਬੀਬੀ ਭਜਨ ਕੌਰ ਜੀ ਕੀਰਤਨ ਜੱਥਾ, ਭਾਈ ਵੀਰ ਸਿੰਘ ਹਾਲ, ਭਾਈ ਜਸਵੀਰ ਸਿੰਘ ਜੀ ਹਜ਼ੂਰੀ ਜੱਥਾ, ਭਾਈ ਅਵਤਾਰ ਸਿੰਘ ਜੀ ਇਹ ਗੁਰਬਾਣੀ ਦੇ ਕਥਾ ਅਤੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੰਜੀਨੀਅਰ ਸੁਰਜੀਤ ਸਿੰਘ ਜੀ ਕਪੂਰਥਲਾ, ਭਾਈ ਅਰਸ਼ਪ੍ਰੀਤ ਸਿੰਘ ਜੀ ਪਟਿਆਲੇ ਵਾਲੇ, ਬੀਬੀ ਜਸਜੀਤ ਕੌਰ ਜੀ, ਭਾਈ ਅਮਤੇਸ਼ਵਰ ਸਿੰਘ ਜੀ ਕਥਾ ਅਤੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮੂਹ ਸੰਗਤਾਂ ਦੇ ਚਰਣਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਜਸ ਸ਼ਰਵਣ ਕਰਕੇ ਗੁਰੂ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰੋ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੂੰ ਕਿ ਉਹ ਅੱਜ ਦੇ ਵਿਸ਼ੇ ਦੇ ਉੱਤੇ ਗੁਰਮਤ ਵਿਚਾਰਾਂ ਸੰਗਤਾਂ ਦੇ ਨਾਲ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਦਰ ਲੋਭ ਮੋਹ ਵਸ ਕਰੇ ਸਭੇ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੇ
गुर नव निद दरियाओ जन्म हम काल खतोवे गुर नव निद दरियाओ जन्म हम काल खतोवे परम सन्मानी योग जुगो जुग टल चमर शत्र तख दे मालिक धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्या भागा वाले हो जो अकाल पुरख वाहेगुरु द्वारा बख्शिश किए हुए मानस जन्म दुर्लभ दे दियां मोलक घड़ियां विश कीमती स्वास गुरु ग्रंथ साहिब महाराज जी की गोद विच बैठ के सफल करन दा सफल यतन कर रहे हो। हर साल की तरह सतगुरु श्री गुरु ग्रंथ साहिब महाराज जी के पावन पहले प्रकाश पुरब नूं समर्पित जो वक् वक् थावां उत्ते सतगुरु जी आप समूह संगतां नूं गुरमत समागमां दीआं बख्शिशां करदे हन उस लड़ी के तहत सतगुरु जी ने अज इस पावन पवित्र स्थान ते ਆਪਾਂ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਂ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਸਤਿਗੁਰ ਜੀ ਦੀ ਪਾਵਨ ਬਾਣੀ ਵਿੱਚੋਂ ਇੱਕ ਇੱਕ ਵਿਸ਼ੇ ਉੱਤੇ ਹਰ ਰੋਜ਼ ਸਮਾਗਮ ਹੋ ਰਹੇ ਹਨ। ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੰਡਾ ਭਾਲਣ ਜਾਵੇ। ਸਤਿਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਗੁਰਮੁਖ ਔਰ ਮਨਮੁਖ ਦੀ ਪਰਿਭਾਸ਼ਾ ਮਹਾਰਾਜ ਜੀ ਨੇ ਕੁਝ ਪੰਛੀਆਂ ਦੇ ਰਾਹੀਂ ਕੁਝ ਜਾਨਵਰਾਂ ਦੀ ਖੁਰਾਕ ਦੇ ਰਾਹੀਂ ਸਤਿਗੁਰ ਜੀ ਨੇ ਸਾਨੂੰ ਸਮਝਾਉਣਾ ਕੀਤਾ। ਕਈਆਂ ਥਾਂ 'ਤੇ ਮਹਾਰਾਜ ਮਨਮੁਖ ਅਤੇ ਗੁਰਮੁਖ ਦੀ ਗੱਲ ਕਰਦੇ ਹੰਸ ਅਤੇ ਬਗਲੇ ਦੀ ਗੱਲ ਕਈਆਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਮਨਮੁਖ ਨੂੰ ਕਾਂ ਦੇ ਨਾਲ ਤੁਲਨਾ ਦਿੱਤੀ ਕਈਆਂ ਥਾਂ 'ਤੇ ਮਨ ਦੇ ਮਗਰ ਲੱਗੇ ਹੋਏ ਮਨਮੁਖ ਮਨੁੱਖ ਨੂੰ ਇਸ ਮਨ ਨੂੰ ਮਹਾਰਾਜ ਜੀ ਨੇ ਬਾਂਦਰ ਦੇ ਨਾਲ ਤੁਲਨਾ ਦਿੱਤੀ। ਇਹ ਸਭ ਕਾਸੇ ਦਾ ਭਾਵ ਅਰਥ ਇਹ ਹੈ ਕਿ ਸਤਿਗੁਰੂ ਜੀ ਉਹਨਾਂ ਦੇ ਸੁਭਾਅ ਦੇ ਰਾਹੀਂ ਸਾਨੂੰ ਸਮਝਾਉਣਾ ਚਾਹੁੰਦੇ ਨੇ। ਭਾਵੇਂ ਉਹਨਾਂ ਜਾਨਵਰਾਂ ਦਾ ਸੁਭਾਅ ਨਹੀਂ ਬਦਲ ਸਕਦਾ ਪਰ ਸਰੀਰਧਾਰੀ ਮਨੁੱਖ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਇਹ ਬੱਗਲੇ ਤੋਂ ਹੰਸ ਬਣ ਸਕਦਾ ਇਹ ਮਨਮੁੱਖ ਤੋਂ ਗੁਰਮੁਖ ਹੋ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਦੁਨੀਆਂ ਦੇ ਲੋਕਾਂ ਨੂੰ ਇੱਕ ਵੱਖਰਾ ਵਿਗਿਆਨ ਦਿੱਤਾ ਔਰ ਧਾਰਮਿਕ ਉਸ ਵਿਗਿਆਨ ਦੇ ਰਾਹੀਂ ਸੰਸਾਰ ਵਿੱਚ ਰਹਿੰਦਿਆਂ ਮਹਾਰਾਜ ਜੀ ਨੇ ਇਸ ਸਰੀਰਧਾਰੀ ਮਨੁੱਖ ਨੂੰ ਸਰਲ ਰੂਪ ਵਿੱਚ ਪਰਮਾਤਮਾ ਨਾਲ ਕਿਵੇਂ ਜੁੜ ਸਕਦਾ ਉਹ ਤਰੀਕਾ ਦੱਸਿਆ। ਸਤਿਗੁਰ ਜੀ ਨੇ ਇਹ ਗੱਲ ਬਿਲਕੁਲ ਸਾਫ ਸ਼ਬਦਾਂ ਵਿੱਚ ਕਹੀ ਹੈ ਕਿ ਜਿਹੜਾ ਤੇਰਾ ਮਨ ਹੈ ਉਹ ਜਿਸ ਜਗ੍ਹਾ 'ਤੇ ਲੱਗ ਗਿਆ ਉਹਨੂੰ ਪੱਟ ਕੇ ਦੂਜੀ ਜਗ੍ਹਾ 'ਤੇ ਲਾਉਣਾ ਪਏਗਾ ਫਿਰ ਉਹਦੇ ਵਿੱਚ ਗਰੋਥ ਬਣੇਗੀ ਧਰਮ ਦੀ। ਮਹਾਰਾਜ ਨੇ ਬਾਣੀ ਦੇ ਅੰਦਰ ਮੋਤੀ ਮਨ ਨੂੰ ਵੀ ਕਿਹਾ ਮਨ ਮੋਤੀ ਜੇ ਗਹਿਣਾ ਹੋਵੇ ਪਵਣ ਹੋਵੇ ਸੂਤ ਧਾਰੀ
हीरे दे अर्थ गुरु ग्रंथ साहिब महाराज की बाणी विच नाम शब्द आया। गुरु रामदास महाराज जी बख्शिश कर दे, मेरे हीरे रतन नाम हर वसिया, गुर हाथ धरियो मेरे माथा, जन्म जन्म के किल विख दुख उतरे, गुर नाम दियो रिन लाथा। इस नूं महाराज बाणी अंदर जदों नाम नूं हीरे दे रूप में तुलना दिंदे, उदों महाराज जी कहिंदे किन ही बण जिया कंसी तांबा, किन ही लौंग सुपारी, संतो बण जिया नाम गोबिंद का, ऐसी खेप हमारी, हर के नाम के व्यापारी, हीरा हाथ चढ़िया निर्मोलक, छूट गई संसारी। तो महाराज जी इस मानस देही नूं भी हीरा कहिंदे। एक थान ते गुरु ग्रंथ साहिब महाराज की बाणी में तुसी श्लोक पढ़ोगे जिथे महाराज ने कहा, कबीर एक अचम भौ देखो, हीरा हाट बकाए, बणजन हारे बहरा, कौडी बदले जाए। ये मानस ते ही शरीर हीरे की तरह अनमोल सी, ते कौडियां दी भाए शरीर और स्वास जिहड़े मनुख ने व्यर्थ गवा लिया। हुण थोड़ा जिहा सुरत टका के इस सबजैक्ट नूं सुणियो, आपां विचों भाव अर्थ समझां। कुछ चीज़ां ऐसियां ने जिहड़ियां धरती विच पनीरी किते होर बीजी जांदी है ते फल वास्ते उहनां नूं किते होर बीजिया जांदा है। पनीरी दे रूप विच पहलां होर किते लाए जांदे ने, जे उहनां तों फल लैणा है तां फिर उहनां नूं उस पनीरी दी जगह तों पट के दूजी जगह ते लाउणा पैंदा है। जिहड़े आपां चौल आ राइस खाने अपने घरां विच, तुसीं खेती नाल विच कई संबंधित सज्जण बैठे हो, तां पनीरी किते होर लाई जांदी है, फिर झोने की पनीरी पट के उहनूं फल वास्ते किते होर जगह ते लाया जांदा है। अनेकां बूटे ऐसे ने जिन्हां की पनीरी किते होर उगाई जांदी है पर फल वास्ते उहनां नूं पट के किसी होर जगह ते लाउणा पैंदा है, भावें पहलां भी उह मिट्टी विच ही लगे सी, फिर भी उन्होंने किसी दूजी जगह से मिट्टी से ला, पर लाने वाला एक डिस्टेंस रख के, एक फर्क रख के उन्होंने बीजद, सही तरीके परवरिश करता है, फिर वह पनीरी तो पट के दूजी जगह से लाइए तो फल देंगे। इस तरह महाराज ने कहा, संसार में तैनू रब ने जन्म दे दिता, हुण शरीर करके सुरत करके अपना संसार में आ गए, तो यह जिहड़ा सुरती जिहनू मन आपां कहिंदे उह संसार में पहला पनीरी किते होर लग गई है। गुरु का की काम है, वह इस पनीरी नूं पुट के किसी होर जगह पर लाउंदा है, रहिंदा मिट्टी विच ही, वह बूटा फल वास्ते उहनूं जगह बदलनी पैंदी है। रवांगे आपां संसार विच ही, गुरु संसार तो बाहर नहीं कढेगा, गुरु बाजार तो कारोबार व्यापार तो बाहर नहीं कढेगा, रखेगा उस दायरे के अंदर, पर उत्थों पट के किसी होर जगह पर लाउंदा है। फिर मनुख की वह सुरत जिहड़ी है वह रब के घर के वल के पासे तरक्की कर दी, जे जिस जगह से संसार में किसी ने जन्म ले लिया उस जगह से सुरत मन लग्या होया है, तो वह शरीरधारी महाराज ने कहा, जम जम मरे मरे फिर जमे, बहुत सजाए पया देश लम्मे, तू अपने असल मंजिल से नहीं पहुँच सकेगा, क्यों जिथे पनीरी लगी सी उत्थे सड़ गया, बूटा नहीं बने। इसलिए गुरु सानू संसार विचों पटद, गुरु का काम है संसार विचों पट के रखना, संसार विच ही है पर उन्हें होर जगह ते लाउणा है। जिवें एक एग्जाम्पल हुण तुहाडे पकड़ विच आएगी, जदों तुसीं बदाम दीयां गिरियां सिद्धियां किसे बच्चे नूं खवा दिओ ना, तां मन्नण वाले कहिंदे ने वी उहदी तसीर गर्म है, किसी नूं 100-200 ग्राम बच्चे नूं कट्ठियां गिरियां खा दिओ, आप तुसीं बदाम अद्ध पाइया कट्ठे खा लो, तां उहदी तसीर गर्म है, मेदे विच गर्मी पै जाएगी, रहण दीआं उह गिरियां बदाम दीआं, पर कुछ घंटे उहनां नूं पानी विच भिओं के रख दिओ, उहदी तसीर बदल जांदी है, उह गर्मी पैदा नहीं करेगी। इस तरह गुरु साडे शरीर नूं संसार विच ही रखदा है, पर जदों अंदर दे मन नूं पट के बाणी विच जोड़ दिंदा है, ते ख्याल करिओ उहदी तसीर बदल जांदी, अखां उहीओ रहिंदियां ने, तकनी बदल जांदी, तसीर बदलदी, शरीर उसे तरह दा रहे, गुरमुख ते मनमुख दे शरीर विच कोई फर्क नहीं, बाहरों इक्को जिहा लगणगे। ताइयों महाराज एग्जाम्पल दिंदे ने कि बगला जिहड़ा है वह हंस वर्गा ही लगदा, इक्को जिहा है, बिखण वास्ते बाहरों इक्को ही ने,
पर हंस की तस्वीर विच ते बगले की तस्वीर विच जमीन आसमान का फर्क है। शरीर मनमुख ते गुरमुख का इको जिहा नजर आएगा। गुरमुख की तस्वीर ते मनमुख की तस्वीर विच जमीन आसमान का फर्क दिसेगा। मनमुख की अखां विच विकार दिसणगे, गुरमुख की अखां विच प्रेम बन जाएगा। शरीर उस तरह का रहिंदा है पर उस शरीर की तस्वीर बदल जाती है, क्योंकि अंदर कम करने वाले मन की तस्वीर गुरु शब्द नाल जोड़ के बाणी विच भिउं के उन्हूं बदल दिंदा है। ताइयों महाराज ने सानूं हुक्म कीता है, हर रोज सिख वास्ते की हुक्म है, उठदिआं सार पहलों अपना मन जोड़ के कवे सतनाम श्री वाहिगुरु। गुर सतगुर का जो सिख खाए, महाराज ने कहा सो भल के उठर। रोज क्यों वाहिगुरु वाहिगुरु कहना जी, हर रोज ही नाम क्यों ते होना। उइयो जपजी साहब दीआं 38 पौड़ियां इक सलोक ने, बार बार उन्हूं रिपीट क्यों करना, क्योंकि जदों मन बार बार उन्हूं पढ़ेगा उहदी संगत विच रहण नाल इस मन की तस्वीर बदल जाएगी। जिस शरीरधारी मनुख दे मन की तस्वीर चेंज हो गई, उहदे तन की तस्वीर भी चेंज होएगी। वह बोलेगा जबान नाल ही, यह नहीं कि गल्लां नहीं करेगा, यह नहीं कि मौन धार लैंदा है, यह नहीं कि वह संसार विच नहीं बोलता, बोलता है। पर महाराज ने कहा उहदा संसारियां नालों बोलना अलग हो जाता है। संत मिले किस सुनिए कही है, मिले असंत मस्त कर रही है। बाबा बोलना क्या कही है, उहदे बोलण विच ते संसारियां दे बोलण विच फर्क आ जाता है। जिवें पनीरी वाली जगह तो पट के बूटा दूजी जगह ते लाया ते झाड़ विच फर्क पैंदा है। ਉਹ ਫਲ ਦੀ ਤਰਫ ਵੱਧਦਾ ਹੈ ਤੇ ਜਿਹੜਾ ਪਨੀਰੀ ਦੀ ਜਗ੍ਹਾ ਤੇ ਲੱਗਾ ਉੱਥੇ ਸੜ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਗੁਰੂ ਦੀ ਬਾਣੀ ਜਿਹੜੀ ਹੈ ਉਹ ਸੰਸਾਰ ਵਿੱਚੋਂ ਸਾਨੂੰ ਪੱਟ ਕੇ ਪਨੀਰੀ ਦੀ ਜਗ੍ਹਾ ਤੋਂ ਕਿਤੇ ਹੋਰ ਲਾਉਂਦੀ ਹੈ। ਹੁਣ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ, ਤੁਸੀਂ ਜਿੰਨੀ ਬਾਣੀ ਮਹਾਰਾਜ ਦੀ ਪੜ੍ਹੋਗੇ ਉਹਦੇ ਵਿੱਚੋਂ ਅਰਥ ਭਾਵ ਵੇਖਿਓ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਵਾਰ ਵਾਰ ਸੰਸਾਰ ਵਿੱਚੋਂ खिच के शमशान काट लै जाता है। किहड़ा शब्द है जिहदे विच मौत की गल नहीं होई। खुशी का शब्द भी पढ़ोगे लख खुशियां पात शाहियां, उहदे विच भी मौत की गल आई। कहण तो भाव गुरु ग्रंथ साहिब महाराज की बाणी का उपदेश, गुरु की सिख्या सानू बार बार संसार विच्चों खिच के शमशान घाट लैके जांदी है। उहदा कारण इक्को ही है, यह बाणी पढ़न वाले मनुख, यह गुरु की सिख्या धारण करन वालिया, जिन्नी देर तेरे अंदर संसार के प्रति बेविश्वासी पैदा नहीं हुंदी, उन्नी देर रब उत्ते विश्वास पैदा नहीं। एक बार संसार विच्चों गुरु तोड़ दे, जिवें बूटा पनीरी की जगह तो पट के दूजी जगह ते लाया जांदा है, एदां संसार विच्चों गुरु सिख नूं पट दे उस जगह तो, यह बेविश्वासी पैदा संसार की उहदे मन विच होएगी, फिर निरंकार ते विश्वास बनेगा। गुरु ग्रंथ साहिब जी की बाणी विच एक 5 साल की उम्र के शरीर नूं भगत कहा, उहनूं महाराज ने कहा 5 वर्ख को अनाथ ध्रुव बारक, हर अमृत अमर अटारे। 5 साल की उम्र विच एक शरीर भगत हो गया, रब नूं प्रवान हो गया। फिर जो महाराज नाम सिमरन भगती बंदगी की गल करनगे तां इशारा उन्हां भगतां वल करनगे कि राम जपो जी ऐसे ऐसे, कैसे ध्रुव प्रहलाद जपो हर जैसे। एक बार पढ़ो प्यार नाल, राम जपो जी ऐसे ऐसे, ध्रुव प्रहलाद जपो हर जैसे। जिवें ध्रुव ते प्रहलाद ने जपया, हुण ध्रुव ते प्रहलाद ने किवें जपया पहले उहदे बारे पता करना पएगा। उन्हें भी कोई राम राम गोविंद गोपाल कहा होया, आपां वाहिगुरु वाहिगुरु कही जांदे पर कल्ला कहण नाल नहीं जपया। उन्हां उन्हां बारे महाराज इशारा कर रहे ने, जिवें उन्हें जपया ਤਿਵੇਂ जप भगती करन वालिया। महाराज उन्होंने किवें जपया, कहन लगे संसार के प्रति पहला उन्होंने मन में बेविश्वासी पैदा हुई तो रब उत्ते विश्वास पैदा हो गया। जे ध्रुव नूं 5 साल की उम्र में मतरेई मां राजे की गोद विचों ना उठाउंदी, बाहों पकड़ो ठालिया मन विच रोस मतरेई किता, उहनूं बाह तों पकड़ के उठा के कहा चल महल तों बाहर निकल, जे इस तखत ते बहना सी गोद विच बहना सी मेरी कुख तों जन्म लेना सी। हुण जे उह मतरेई मां ध्रुव नूं उस उम्र विच राजे दी गोद विचों ना उठाउंदी तां ध्रुव ने भी अज दुनिया विच कोई राजा ही होना सी, कल्ला सिर्फ चक्रवर्ती राजा, भगत नहीं सी बन सकदा।
एक बार मां ने गोद विचों उठाया, एक बार संसार अंदर बेविश्वासी पैदा हुई कि एक ही कहानी है, तो जाके अपनी मां नूं पुछदे, मां सचो सच दस तू राणी है कि नौकरानी? उन्हें जवाब दिता, बेटा है तो मैं राणी जन्म तो, पर कर्म करके मैं नौकरानी हो गई। तो ध्रुव पुछदा, वह किवें? कह लगी, है मैं राणी सी जन्म तो, राजे दे घर जन्म लिया, राजकुमारी का जीवन बतीत किया, राजे नाल व्याही गई, तां मैं इस महल दे अंदर राणी बन के आई, पर मैं परमात्मा का नाम नहीं जपया। हुण मेरी राणी हुंदिया होया भी हालत नौकरानियां वाली है, क्योंकि मेरी जगह ते किसे होर नूं लिया के राजे ने बिठा दिता। ते ध्रुव पुछदे, मां हुण फिर ये राज किवें मिले? वह राणी वाली पदवी किवें प्राप्त हो जिस तो तू खुंज गई? तां जवाब की दिता कि स्वाणी हां, मैं जन्म दी नाम ना भगती करम दृढ़ता, किस उद्दम ते राज मिले शत्रु ते सब होवन मीता। जवाब यह सी कि परमेश्वर आराधी है जिद्दू होई है पतत पुनीता। हुण संसार उत्ते बेविश्वासी पैदा होई, उस वक्त महल छड के अलग रह के सिमरन किया। इतिहास कहिंदा है अजे ढाई दिन गुजरे सन, राजे ने जाके हथ जोड़ के कहा सी, ध्रुव जे तेरी मतरेई मां तेनू नहीं चलदी, अद्धे राज दा तू हकदार है, आजा महल विच तेनू मैं अद्धा राज देना। उन्हें कहा जे ढाई दिन नाम जप के अद्धा राज मिल सकदा है, फिर मैं परमात्मा दा नाम नहीं छड्डांगा। पहला बेविश्वासी पैदा हुई, पहला ये गल समझ आई कि संसार बिल्कुल जग रचना सब झूठ है। जान लिहो रे मीत, जे मतरेई मां गोदी चो ना उठाउंदी ते ध्रुव अज भगत नहीं सी होंदा। इसलिए संसार विच बेविश्वासी पैदा होनी जरूरी है। बार बार गुरु ग्रंथ साहिब महाराज की बाणी सानू सच्चाई तो अवगत कराएगी। ये गल महाराज बार बार कहणगे कि आ जो तू वेख रहा सुख में आन बहुत मिल बैठत, ये तेरे सुख दे संगी ने, दुख आएगा तेरे साथी नहीं बनणगे। सुख में आन बहुत मिल बैठत, रहत चौं दिस केरे, विपत परी सब ही संग छाड़त, को न आवत नेरे। महाराज फिर की ये छड़ के चले जाइए? हुण बड़ी हैरानी वाली गल है, जेड़े संसार नू छड़ के गए गुरु नानक साहिब महाराज ने वापस बुलाए, आओ संसार विच। जेड़े जोगी सिद्ध जोगी पर्वतां ते जाके बह गए, उन्होंने महाराज ने कहा इत्थे बह के रब नहीं मिलना। परिवार विच आओ, गृहस्थ विच आओ, वापस संसार विच माया विच आओ। ते जेड़ा माया विच बैठा है उन्हें लाहौर जाके कहिंदे ने दुनी चंद आ सूई रख ला, सूई भी नाल नहीं जानी, पैसा तेरे नाल की जाए। एक पासे उन्हें तोड़ते ने, यह माया नाल नहीं जाएगी। दूजे पासे जिहड़े छड़ के चले गए उन्होंने वापस बुलाते ने, क्योंकि गुरु एक जगह तो पट के दूजी जगह से मन लाउंदा है। जिन्नी देर संसार उत्ते बेविश्वासी ना पैदा हो दे, यह मन करके विश्वास ना आवे कि जग रचना सब झूठ है, उन्नी देर जग बनाउण वाले उत्ते विश्वास नहीं। तो महाराज ने कहा संसार विच को ने, जिहड़े पनीरी जिथे पैदा हुई उत्थे ही रह गए, दूजी जगह पे नहीं लग सके। उन्होंने महाराज ने कहा वो दिसदे उसे बूटे वर्गे ने, जिवें हंस ते बगले दा रंग को जिहा दिसदा है, पर उन्हां विच्चों फल पैदा नहीं हुंदा। क्यों? वो एक जगह तो पट के दूजी जगह ते सही तरीके नाल उन्हां दी पैदाइश नहीं हुई, इसलिए पनीरी विच जम्मे ते उत्थे ही वो सड़ मर जांदे ने, वो फल तक नहीं पहुंचदे। इसे तरह बगले ते हंस दी गल महाराज ने की, कहन लगे है वो बगला हंस बन सकदा है, पर जे किते हंस दी संगत कर ले। बगला हंस बन सकदा है जे हंस की संगत कर ले। उहदी उदाहरण कहने का भाव महाराज जी का यह है कि मनमुख बंदा जिहदा जन्म संसार के कर्म विकारां विच होया, अपने सारयां दा जन्म वासना तो पैदा होया वासना। और महाराज ने कहा जे उत्थे ही रह जाए, तो श्रीमान भाई गुरदास जी लिखते कि जुग जुग मेर शरीर का वासना बद्दा आवे जावे, जिथे इहदी पैदाइश होई है उसे वातावरण विच रह जाए, बार बार आना पैंदा। जे इहदे जीवन विच गुरु आ जाए, गुरु इत्थों पट के दूजी जगह ते लाउंदा है। हुण बगला हंस बन सकदा? महाराज ने बाणी अंदर कई उदाहरण दित्तियां जिथे कहा जे बगला हंसां कोल भी चला जाए
ਤਾਂ ਉਹਦੀ ਖੁਰਾਕ ਹੰਸ ਵਾਲੀ ਨਹੀਂ ਬਣ ਸਕਦੀ। ਸ਼ਬਦ ਤੁਸੀਂ ਸੁਣਿਆ, ਜਿੱਥੇ ਬੱਗ ਡੱਡਾ ਪਾਲਣ ਜਾਵੇ ਉੱਥੇ ਮਹਾਰਾਜ ਨੇ ਕਿਹਾ ਜੇ ਕਿਤੇ ਬਗਲਾ ਹੀਰਿਆਂ ਦੇ ਉਹ ਮੋਤੀਆਂ ਦੀ ਖਾਣ ਤੇ ਖੁਰਾਕ ਤੇ ਚਲਾ ਵੀ ਜਾਏ ਉਹਦੀ ਉਹ ਖੁਰਾਕ ਨਹੀਂ ਹੈ, ਉਹ ਤਾਂ ਡੱਡੀਆਂ ਮੱਛੀਆਂ ਭਾਲਦਾ, ਕਿਉਂਕਿ ਉਹਨਾਂ ਹੋਰੋਂ ਖਾਣਾ ਬਗਲਿਆਂ ਦੀ ਖੁਰਾਕ ਹੀ ਹੋਰ ਹੈ। ਮਹਾਰਾਜ ਨੇ ਜਿੱਥੇ ਮਨਮੁਖ ਬਗਲੇ ਦੀ ਗੱਲ ਕੀਤੀ ਉੱਥੇ ਕਿਹਾ ਜੇ ਤੇਰੇ ਜੀਵਨ ਵਿੱਚ ਗੁਰੂ ਆ ਜਾਏ, ਕਿਉਂਕਿ ਬਾਹਰਲਾ ਬਗਲਾ ਤੇ ਨਹੀਂ ਬਦਲ ਸਕਦਾ, ਉਹਦੀ ਖੁਰਾਕ ਹੀਰੇ ਮੋਤੀ ਨਹੀਂ ਹੋ ਸਕਦੀ, ਉਹਦੀ ਖੁਰਾਕ ਚੇਂਜ ਨਹੀਂ ਹੋ ਸਕਦੀ, ਸਿਰਫ ਉਹਦੀ ਐਗਜ਼ਾਮਪਲ ਲਈ ਹੈ। ਪਰ ਸਰੀਰ ਧਾਰੀ ਮਨਮੁਖ ਵਿੱਚ ਤੇ ਉਸ ਬਗਲੇ ਵਿੱਚ ਇਹ ਫਰਕ ਹੈ, ਇਸ ਸਰੀਰ ਧਾਰੀ ਮਨਮੁਖ ਬੰਦੇ ਦੇ ਜੀਵਨ ਵਿੱਚ ਗੁਰੂ ਆ ਜਾਏ, ਗੁਰੂ ਮਨਮੁਖ ਨੂੰ ਗੁਰਮੁਖ ਬਣਾ ਦਿੰਦਾ, ਗੁਰੂ ਬਗਲੇ ਨੂੰ ਹੰਸ ਕਰ ਸਕਦਾ। ਇੱਕ ਸਾਖੀ ਬੜੀ ਪ੍ਰਚਲਿਤ ਹੈ, ਮੈਂ ਸਿਰਫ ਤੁਹਾਡਾ ਧਿਆਨ ਦਵਾਉਣਾ। ਗੁਰੂ ਨਾਨਕ ਦੇ ਮਹਾਰਾਜ ਜੀ ਤੁਲੰਬੇ ਦੀ ਧਰਤੀ ਤੇ ਜਾਂਦੇ ਨੇ, ਬਾਹਰ ਬੋਰਡ ਲੱਗਾ ਉੱਥੇ ਮਹਾਰਾਜ ਨੇ ਸ਼ਬਦ ਵੀ ਬਗਲਾ ਕਹਿ ਕੇ ਉਚਾਰਨ ਕੀਤਾ, ਉਹਨੂੰ ਲਿਖਿਆ ਹੋਇਆ ਲੋਕਾਂ ਦੀ ਸੇਵਾ ਵਾਸਤੇ ਸੱਜਣ ਦਾ ਮੁਸਾਫਰ ਖਾਨਾ। ਲੋਕ ਲੰਗਰ ਪ੍ਰਸ਼ਾਦਾ ਛਕਦੇ ਨੇ, ਜਿਹੜਾ ਬੰਦਾ ਅਮੀਰ ਦਿਸਦਾ ਉਹਦੇ ਭੋਜਨ ਵਿੱਚੋਂ ਨਸ਼ਾ ਪਾ ਦਿੰਦਾ, ਨਸ਼ੇ ਵਿੱਚੋਂ ਬੰਦਾ ਬੇਹੋਸ਼ ਹੁੰਦਾ, ਅੱਧੀ ਰਾਤ ਨੂੰ ਉਹਦਾ ਸਮਾਨ ਲੁੱਟ ਕੇ ਉਹਨੂੰ ਕਤਲ ਕਰਕੇ ਪਿੱਛੇ ਖੂਹ ਵਿੱਚ ਸੁੱਟ ਦਿੰਦੇ ਨੇ। ਸਾਰੇ ਮੁਸਾਫਰਾਂ ਨੂੰ ਉਹ ਨਹੀਂ ਮਾਰਦਾ, ਸਿਰਫ ਚੁਣ ਚੁਣ ਕੇ, ਜੇ ਸਭ ਨੂੰ ਮਾਰਦਾ ਹੋਵੇ ਉਹਦਾ ਮੁਸਾਫਰਖਾਨਾ ਬੰਦ ਹੋ ਜਾਣਾ। ਬਗਲਾ ਜਿਹੜਾ ਜਦੋਂ ਕਿਸੇ ਸਰਵਰ ਦੇ ਕੰਢੇ ਬਹਿੰਦਾ ਉਹ ਸਾਰੀਆਂ ਡੱਡੀਆਂ ਮੱਛੀਆਂ ਨੂੰ ਨਹੀਂ ਖਾਂਦਾ, ਇੱਕ ਦੋ ਨੂੰ ਛੱਡਦਾ, ਵੇਖ ਕੇ ਜਾਣ ਬੁੱਝ ਕੇ ਛੱਡਦਾ, ਤਾਂ ਜੋ ਦੂਜੇ ਨੂੰ ਵਿਸ਼ਵਾਸ ਪੈਦਾ ਹੋ ਜਾਏ ਕਿ ਇਹ ਸਾਨੂੰ ਖਾਏਗਾ ਨਹੀਂ। ਜਦੋਂ ਉਹਦੀ ਰੇਂਜ ਵਿੱਚ ਕੋਈ ਤਕੜੀ ਮੱਛੀ ਆਉਂਦੀ ਜਿਹਦੇ ਨਾਲ ਖੁਰਾਕ ਪੂਰੀ ਹੋ ਜਾਏ ਤਾਂ ਉਸ ਡੱਡੀ ਨੂੰ ਚੁੱਕ ਲੈਂਦੇ। ਬਿਲਕੁਲ ਇਹੀਓ ਕੰਮ ਸੱਜਣ ਠੱਗ ਕਰ ਰਿਹਾ ਸੀ, ਉਹ ਉਸ ਜਗ੍ਹਾ ਉੱਤੇ ਸਾਰੇ ਮੁਸਾਫਰਾਂ ਨੂੰ ਨਹੀਂ ਮਾਰਦਾ, ਚੁਣ ਕੇ ਵੇਖਦਾ, ਜਿਹੜਾ ਅਮੀਰ ਹੈ ਉਹਦੇ ਭੋਜਨ ਵਿੱਚ ਕੁਝ ਮਿਲਾ ਦਿੰਦਾ। ਗੁਰੂ ਨਾਨਕ ਦੇ ਮਹਾਰਾਜ ਜਾਣ ਬੁੱਝ ਕੇ ਅਮੀਰ ਪਹਿਰਾਵਾ ਪਹਿਨ ਕੇ ਇਹਦੇ ਮੁਸਾਫਰਖਾਨੇ ਵਿੱਚ ਗਏ ਤੇ ਜਦੋਂ ਸ਼ਾਮਾਂ ਵੇਲੇ ਪਹੁੰਚ ਗਏ, ਬਾਹਰੋਂ ਵੇਖਣ ਨੂੰ ਵਾਕਈ ਉਹ ਮੁਸਾਫਰਖਾਨਾ, ਧਰਮ ਦੀਆਂ ਗੱਲਾਂ ਹੋ ਰਹੀਆਂ ਨੇ, ਸ਼ਾਮਾਂ ਦੇ ਵੇਲੇ ਉਹ ਪੂਜਾ ਪਾਠ ਵੀ ਕਰਦਾ, ਵੇਖਣ ਵਾਸਤੇ ਲੋਕਾਂ ਨੂੰ ਲੱਗਦਾ ਵਾਕਿਆ ਕੋਈ ਧਾਰਮਿਕ ਅਸਥਾਨ ਹੈ, ਲੰਗਰ ਪ੍ਰਸ਼ਾਦਾ ਵੀ ਦਿੰਦਾ, ਵੇਖਣ ਵਾਲਿਆਂ ਦੀ ਨਜ਼ਰ ਵਿੱਚ ਬੜੀ ਸੇਵਾ ਕਰਦਾ। ਹਜ਼ੂਰ ਨੇ ਇੱਕ ਗੱਲ ਕਹੀ ਹੈ, ਭਾਈ ਮਰਦਾਨੇ ਇਹਦੇ ਮੁਸਾਫਰਖਾਨੇ ਚੋਂ ਭੋਜਨ ਨਹੀਂ ਛਕਣਾ। ਮਹਾਰਾਜ ਭੁੱਖ ਤੇ ਲੱਗੀ ਹੈ, ਛਕਣਾ ਕਿਉਂ ਨਹੀਂ? ਹਜ਼ੂਰ ਨੇ ਕਿਹਾ ਇਹ ਨਸ਼ਾ ਮਿਲਾ ਦਿੰਦਾ, ਬੇਹੋਸ਼ ਕਰਕੇ ਲੁੱਟ ਵੀ ਲੈਂਦਾ ਤੇ ਕਤਲ ਕਰਕੇ ਪਿੱਛੇ ਖੂਹ ਵਿੱਚ ਵੀ ਸੁੱਟ ਦਿੰਦਾ। ਭਾਈ ਮਰਦਾਨੇ ਕਿਹਾ ਮਹਾਰਾਜ ਜਦੋਂ ਸਭ ਕੁਝ ਪਤਾ ਹੈ ਇਹ ਬੰਦਾ ਮੁਸਾਫਰਾਂ ਨੂੰ ਲੁੱਟ ਕੇ ਕਤਲ ਕਰ ਦਿੰਦਾ ਹੈ, ਫਿਰ ਇੱਥੇ ਆਏ ਕਿਉਂ ਆਪਾਂ? ਹਜ਼ੂਰ ਨੇ ਕਿਹਾ ਭਾਈ ਮਰਦਾਨਿਆਂ ਇਹਦੀ ਤਾਸੀਰ ਬਦਲਣੀ ਹੈ, ਇਹ ਸਰੀਰ ਧਾਰੀ ਮਨੁੱਖ ਬਗਲਿਆਂ ਦੀ ਤਰ੍ਹਾਂ ਰਹਿੰਦਾ, ਬਾਹਰੋਂ ਦਿਸਣ ਨੂੰ ਇਹ ਪਰਉਪਕਾਰ ਪੁੰਨ ਕਰਦਾ ਪਰ ਅੰਦਰ ਇਹਦੇ ਬਗਲੇ ਵਾਲਾ ਕਪਟ ਹੈ। ਜਿਵੇਂ ਬਗਲਾ ਕੰਢੇ ਤੇ ਬੈਠਾ ਭਗਤ ਲੱਗਦਾ, ਦੋ ਚਾਰ ਮੱਛੀਆਂ ਡੱਡੀਆਂ ਨੂੰ ਛੱਡ ਵੀ ਦਿੰਦਾ, ਉਹਨਾਂ ਦੀ ਨਜ਼ਰ ਵਿੱਚ ਭੁਲੇਖ ਹੈ ਇਹ ਨਹੀਂ ਖਾਂਦਾ, ਪਰ ਜਦੋਂ ਕੋਈ ਚੰਗੀ ਖੁਰਾਕ ਉਹਦੇ ਸਾਹਮਣੇ ਆਉਂਦੀ ਉਹ ਫਿਰ ਖਾ ਲੈਂਦਾ ਚੋਨੇ ਮਾਰ ਕੇ। ਤਾਂ ਮਰਦਾਨੇ ਕਿਹਾ ਮਹਾਰਾਜ ਫਿਰ ਆਏ ਕਿਉਂ ਆਪਾਂ? ਕਹਿਣ ਲੱਗੇ ਦੀ ਤਸੀਰ ਬਦਲਣੀ, ਭੋਜਨ ਨਹੀਂ ਛਕਿਆ। ਇਤਿਹਾਸ ਕਹਿੰਦਾ ਉਹ ਜਿਹੜਾ ਸ਼ੇਖ ਸੱਜਣ ਹੈ, ਜਿਹਦਾ ਨਾਮ ਸ਼ੇਖ ਸੱਜਣ, ਤਾਂ ਕਹਿੰਦੇ ਉਹਨੇ ਦੇਖਿਆ ਪ੍ਰਸ਼ਾਦਾ ਨਹੀਂ ਛਕਿਆ, ਨਾਲ ਦੇ ਅਲਕਾਰਾਂ ਨੂੰ ਪੁੱਛਦਾ ਇਹ ਜੋ ਮੁਸਾਫਰ ਆਏ ਨੇ ਬੜੇ ਅਮੀਰ ਨੇ ਕੱਪੜਿਆਂ ਤੋਂ ਲੱਗਦੇ ਪਰ ਭੋਜਨ ਨਹੀਂ ਛਕ ਰਹੇ। ਉਹਨੇ ਕਿਹਾ ਕੋਈ ਗੱਲ ਨਹੀਂ, ਇਹਨਾਂ ਤੇ ਨਜ਼ਰ ਰੱਖੋ, ਜਦੋਂ ਸੌ ਜਾਣਗੇ, ਰਾਹਗੀਰ ਨੇ ਥੱਕੇ ਹੋਏ ਹੋਣਗੇ, ਉਦੋਂ ਅੱਧੀ ਰਾਤ ਨੂੰ ਸੁੱਤਿਆਂ ਨੂੰ ਕਤਲ ਕਰ ਦਾਂਗੇ, ਲੁੱਟਾਂਗੇ ਬਾਅਦ ਵਿੱਚ, ਪਹਿਲਾਂ ਕਤਲ ਕਰ ਦਾਂਗੇ, ਕਿਉਂਕਿ ਬੇਹੋਸ਼ ਬੰਦੇ ਨੂੰ ਪਹਿਲਾਂ ਲੁੱਟਿਆ ਜਾਂਦਾ, ਉਹਦੇ ਕੋਲੋਂ ਮਾਲ ਨਿਕਲੇ ਤੇ ਕਤਲ ਕਰ ਦੇਈਦਾ, ਇਹ ਨੀਂਦ ਵਿੱਚ ਸੁੱਤੇ ਹੋਣਗੇ ਪਹਿਲਾਂ ਕਤਲ ਕਰ ਦਾਂਗੇ। ਸਾਰੇ ਮੁਸਾਫਰ ਸੌਂ ਗਏ, ਸ਼ੇਖ ਸੱਜਣ ਦੇ ਅਹਿਲਕਾਰ ਦਾਤਰ ਤਿਆਰ ਕਰਕੇ ਬੈਠੇ ਨੇ, ਕਹਿੰਦੇ ਹਨ ਸ਼ੇਖ ਸੱਜਣ ਨਾਲ ਦੇ ਕਮਰੇ ਵਿੱਚ ਬਹਿ ਗਿਆ ਕੰਨ ਲਾ ਕੇ, ਹੁਣ ਇਹ ਸੁਣਦਾ। ਜਦੋਂ ਦੋਵਾਂ ਦੀ ਗੁਫ਼ਤਗੂ ਆਵਾਜ਼ ਆਉਣੀ ਬੰਦ ਹੋ ਗਈ ਤੇ ਆਵਾਜ਼ ਆਏਗੀ ਸੁੱਤੇ ਬੰਦੇ ਦੇ ਕਮਰੇ ਵਿੱਚੋਂ, ਇੱਕ ਵੱਖਰੀ ਆਵਾਜ਼ ਆਉਂਦੀ ਹੈ, ਮਹਿਸੂਸ ਹੁੰਦਾ ਬੰਦਾ ਸੌਂ ਗਿਆ। ਉਹਦੇ ਕਮਰੇ ਵਿੱਚੋਂ ਹੋਰ ਕੋਈ ਵੱਖ ਲੈਣ ਦੀ ਜਾਂ ਗੱਲਾਂ ਕਰਨ ਦੀ ਆਵਾਜ਼ ਨਹੀਂ ਆਏਗੀ, ਬਿਲਕੁਲ ਕੰਨ ਲਾ ਕੇ ਸੁਣ ਰਿਹਾ ਸੀ। ਜਦੋਂ ਇਸ ਕਮਰੇ ਵਿੱਚੋਂ ਲੱਗਾ ਬੰਦੇ ਸੌਂ ਗਏ ਨੇ, ਉਦੋਂ ਹਮਲਾ ਕਰ ਦਾਂਗੇ। ਅੱਧੀ ਰਾਤ ਹੋ ਗਈ, ਨਾ ਗੁਰੂ ਨਾਨਕ ਸਾਹਿਬ ਮਹਾਰਾਜ ਸੁੱਤੇ ਨੇ, ਨਾ ਭਾਈ ਮਰਦਾਨਾ। ਮਹਾਰਾਜ ਨੇ ਕਿਹਾ ਮਰਦਾਨਿਆਂ ਸੌਣਾ ਨਹੀਂ ਇੱਥੇ,
महाराज फिर करना की है? कह लगे किसी सुते जगाना है, जे सुते जगाना हो खुद जगना पैंदा है। सुता बंदा कदे सुते जगा नहीं सकेगा, जिन्हें सुते जगाना खुद जगना पेगा। हजूर कहते ने मरदानिया जाग के रह, अद्धी रात तो समा टपया, बिल्कुल शरनाटा छा गया, सुन छा गई। जदों लोग नींद में सो जाते ने, महाराज ने अमृत वेले एवें नहीं वड्याई दिती। उदों आ जिहड़ियां साढ़े अंदरों वाइब्रेशन निकल दियां ना, सुरती दे विच्चों बड़े ख्याल निकलते हैं, ये शांत हो जाते हैं। क्यों लोग सुते हुंदे? उदों जपया होया नाम सार्थक ताएं सुरत छेती टिकेगी। तुसीं 10-15 वार वाहिगुरु कहो तां छेती सुरत टिक जाएगी। इत्थे भावें चलदे कंबे दिने अद्धा घंटा बैठे रहो, किसे भागां वाली सुरत टिकदी है जिहदा अभ्यास है, नहीं तो बेअभ्यासी इहदी कदे सुरत नहीं दिने टिकदी। खैर, हजूर गुरु नानक साहब महाराज ने वेख्या हुण अद्धी रात तो समा टप्पिया है, अमृत वेले का पहला पैर शुरू होया है, सिर्फ तीन शरीर जागते ने। धन गुरु नानक साहब भाई मरदाना जी दूजे कमरे में कंध नाल कन्न ला के बैठे, वो शेख सज्जन ठग जागता है। हजूर ने कहा हुण वो सुनने लई तैयार है, हुण आले दुआले दीआं वाइब्रेशन रुक गई, हुण वो सुनना चाहुंदा है। तां हजूर ने प्यार नाल कहा मरदानिया हुण रवाब छेड़ ते इहनू अकाल पुरख दे घर दी बाणी सुनाईए, यह सुनना चाहता है, इहदी तासीर बदलनी है। है यह बगला पर इहनू हंस बनाउणा है। धन गुरु नानक साहब महाराज जी ने फिर प्यार नाल उत्थे वचन कहा, सज्जन सेई नाल मैं, उहने कहा मेरा ही नाम लैण लगदा, सज्जन से ही नाल मैं चलदिया नाल चलन, जिथे लिखा मंगी है तिथे खड़े दिसन। उनके लिखे की गल हो रही, अंदरों चित होर जग गया सुन वास्ते। ता हजूर ने क्या उजल कहा चलकना कोट मकालड़ी मस, तोतियां झूठ न उतरे जे सौ तो तिस। जदों आ पंक्ति कही हिल गया, हजूर ने क्या बगा बगे कपड़े तीरथ मंज वसन, कुट कुट जिया खावने बगे ना कही अन्न। हुण यह बड़ा सुरत जोड़ के सुन रहा सी, हजूर ने क्या सिमल रुख सरायरा मैं जन देख पुलन। तोतियां नूं भुलेखा पै जांदा है, क्योंकि सिमल का रुख बहुत सोहना लगता है, उहदे फल भी चमकते ने, फुल भी चमकते ने, पर ना उहदे फुल किसे काम दे ना फल किसे काम दे। पंछी भुलेखा खा के आ जांदे ने तां उहदे कोलों ना फुल ते ना फल मिलदे ने, ना उहदे पत्ते काम आउंदे। हजूर ने कहा मैजन देख पुलन, मैजन अर्थ तोते, ते फल कम ना आवणी ते गुण मैं तन हन, चक्करियां चंगे आईया अवर सियाण पकित, नानक नाम संभाल तू बदा छुटे जित। तू बगले तो हंस बन सकदा, तू बेकारा बादशनामा का बजिया छुट सकदा, जे जिसने तेनू पैदा किया ओनू संभाल ओनू सिमर, पर तेनू इथों मन पट के दूजी जगह लाना पैना, एक कम छड़ने पैणगे जो तू गुरु नूं जिहड़े मंजूर नहीं। तां जदों हजूर ने यह बचन गाए उहदी सुरत जुड़ गई, सुरत जुड़ी। कदे तुसीं वी वेख्यो जिहनूं नींद ना आवे गुरु की बाणी पढ़ के वेख्यो जां सुन के वेख्यो, एक अष्टपदी पढ़ोगे तुहानूं नींद आ जाएगी। बाणी विच इन्नी वड्डी ताकत है, ख्याल करो जिहड़ा फुरनियां दा सोचां चिंतावां विच बंदा डुब्बिया होया है, गुरु की बाणी उहदियां चिंतावां नूं एकदम शांत कर देगी, वह वक्री गल है। पहलां वह कच्ची नींद है, उस नींद में शायद किसी का किया हुआ सिमरन फल ना दे, पर उत्तों बाद नींद का सिमरन भी फल दिंदा है। उत्तों बाद पहले पहल खाली नींद आ, फिर तुसीं एक डेढ़ घंटा अमृत वेले वाहिगुरु कहिंदिया बाणी पढ़दिया सौ भी जाओ, वह डेढ़ घंटा भी नाल जुड़ेगा। एक को भी वस्ता आउंदी है जिथे सुत्यां भी श्वास नाल जुड़दे ने।
ਤਾਂ ਉਹ ਸ਼ੇਖ ਸੱਜਣ ਕੰਧ ਨਾਲ ਇਸ ਤਰ੍ਹਾਂ ਕੰਨ ਲਾ ਕੇ ਐਸੀ ਸੁਰਤ ਜੁੜੀ ਕੇ ਸੌਂ ਗਿਆ। ਅੰਮ੍ਰਿਤ ਵੇਲਾ ਹੋਣ ਲੱਗਾ, ਹਜ਼ੂਰ ਨੇ ਕਿਹਾ ਚੱਲ ਮਰਦਾਨੇ ਚੱਲੀਏ। ਮਹਾਰਾਜ ਜਿਹਨੂੰ ਜਗਾਉਣਾ ਚਾਹੁੰਦੇ ਸੀ ਉਹ ਤੇ ਦਿਸਦਾ ਨਹੀਂ, ਕਹਿਣ ਲੱਗੇ ਮਰਦਾਨਿਆ ਪਹਿਲਾਂ ਅਸੀਂ ਇਹਦੇ ਕੋਲ ਆਏ ਸੀ, ਹੁਣ ਦਵਾਈ ਦੇ ਦਿੱਤੀ, ਹੁਣ ਇਹ ਸਾਡੇ ਮਗਰ ਭੱਜੇਗਾ। ਪਹਿਲਾਂ ਜਿਹੜਾ ਲਾਉਣ ਵਾਲੇ ਇੱਕ ਜਗ੍ਹਾ ਤੋਂ ਬੂਟਾ ਦੂਜੀ ਜਗ੍ਹਾ ਤੇ ਲਾਉਣ ਦੀ ਦੇਰ ਹੈ, ਪਹਿਲੇ ਪਹਿਲ ਪਾਣੀ ਪਾਉਣਾ ਪੈਂਦਾ। ਇਹ ਤੁਹਾਡਾ ਤਜਰਬਾ ਰਹਿਣਾ, ਬਾਅਦ ਚ ਪਾਣੀ ਵੀ ਪਾਉਣ ਦੀ ਲੋੜ ਨਹੀਂ, ਆਪੇ ਜੜ੍ਹਾਂ ਖਿੱਚਦੀਆਂ। ਹਜ਼ੂਰ ਨੇ ਕਿਹਾ ਹੁਣ ਇਹ ਸਾਡੇ ਮਗਰ ਆਏ, ਸ਼ਿਕਾਰੀ ਸ਼ਿਕਾਰ ਲੱਭਦਾ। ਹਜ਼ੂਰ ਨੇ ਕਿਹਾ ਜੋ ਕੰਮ ਆਪਾਂ ਮਰਦਾਨਿਆ ਕਰ ਦਿੱਤਾ, ਇਹਦੇ ਤੀਰ ਉਹ ਮਾਰਿਆ, ਇਹ ਹੁਣ ਸਾਨੂੰ ਲੱਭੇਗਾ। ਦਿਨ ਚੜਿਆ, ਇਹਦੀ ਜਾਗ ਖੁੱਲੀ, ਨਾਲ ਦੇ ਅਹਲਕਾਰਾਂ ਉਠਾਇਆ, ਕਹਿਣ ਲੱਗੇ ਜੀ ਉਹ ਮੁਸਾਫਰ ਤੇ ਭੱਜ ਗਏ ਨੇ। ਸ਼ੇਖ ਸੱਜਣ ਕਹਿੰਦਾ ਵੇਖੋ ਕਿੱਧਰ ਭੱਜੇ ਨੇ, ਤਾਂ ਉਹਦੇ ਨਾਲ ਦੇ ਦਾਤਰ ਚੁੱਕ ਕੇ ਭੱਜਣ ਲੱਗੇ। ਸ਼ੇਖ ਸੱਜਣ ਨੇ ਕਿਹਾ ਉਹ ਦਾਤ ਦੀ ਲੋੜ ਨਹੀਂ, ਉਹ ਕਿਹਦੇ ਉੱਤੇ ਦਾਤ ਚਲਾਓਗੇ, ਉਹ ਤੇ ਮੇਰਾ ਕਤਲ ਕਰ ਗਏ ਨੇ, ਤੁਸੀਂ ਕਿਹਦਾ ਕੀ ਕਤਲ ਕਰੋਗੇ, ਉਹਨੇ ਸਾਡਾ ਕਤਲ ਕਰ ਦਿੱਤਾ। ਤਾਂ ਹੁਣ ਇਹ ਸ਼ੇਖ ਸੱਜਣ ਖੁਦ ਲੱਭਦਾ, ਤਲੰਬੇ ਤੋਂ ਬਾਹਰ ਜਿੱਥੇ ਮਹਾਰਾਜ ਬੈਠੇ ਸਨ, ਜਾ ਕੇ ਚਰਨੀ ਢਹਿ ਪਿਆ। ਗੁਰੂ ਨੇ ਉਹਦੀ ਤਸੀਰ ਬਦਲੀ, ਉਹ ਤੀਰ ਗੁਰੂ ਨੇ ਕਿਰਪਾ ਕਰਕੇ ਮਾਰ ਦਿੱਤਾ, ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ। ਉਹ ਤੀਰ ਪਤਾ ਕੀ ਹੈ, ਜਿਹਨੂੰ ਮਹਾਰਾਜ ਕਹਿੰਦੇ ਕਬੀਰ ਸਤਿਗੁਰ ਸੂਰ ਮੇ ਬਹਿਆ ਬਾਣ ਜੋ ਏਕ ਲਾਗਤ ਹੀ ਪੁਏ ਗਿਰ ਪਰਿਆ ਪਰਾਕਰ ਜੇ ਸ਼ੇਕ। ਕਿਸੇ ਭਾਗਾਂ ਵਾਲੇ ਦੇ ਤੀਰ ਵੱਜਦਾ। ਇਹ ਚਰਨੀ ਢਹਿ ਕੇ ਕਹਿੰਦਾ ਮਹਾਰਾਜ ਮੇਰੀ ਉਮਰ ਲੋਕਾਂ ਨੂੰ ਕਤਲ ਕਰਦਿਆਂ ਲੰਘ ਗਈ, ਇਹਨਾਂ ਹੱਥਾਂ ਨਾਲ ਸੈਂਕੜੇ ਕਤਲ ਕੀਤੇ ਨੇ, ਮਹਾਰਾਜ ਮੈਂ ਵੀ ਬਖਸ਼ਿਆ ਜਾ ਸਕਦਾ। ਹੇ ਗੁਰੂ ਨਾਨਕ ਸਾਹਿਬ, ਤੁਸੀਂ ਆਖਰੀ ਪੰਕਤੀ ਵਿੱਚ ਕਿਹਾ ਸੀ ਕੁਝ ਕਿ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਮਹਾਰਾਜ ਕੀ ਬਾਸ਼ਨਾਵਾਂ ਵਿਕਾਰਾਂ ਚ ਬੱਝਿਆ ਬੰਦਾ ਛੁੱਟ ਸਕਦਾ? ਹਜ਼ੂਰ ਨੇ ਕਿਹਾ ਬਿਲਕੁਲ ਛੁੱਟ ਸਕਦਾ, ਪਰ ਸ਼ੇਖ ਸੱਜਣ ਜਿੱਥੇ ਤੂੰ ਲੱਗਿਆ ਹੋਇਆ ਗੁਰੂ ਉੱਥੋਂ ਪੱਟ ਕੇ ਦੂਜੀ ਜਗ੍ਹਾ ਤੇ ਬੀਜਦਾ। ਜੇ ਸਭ ਕੁਝ ਛੱਡਣ ਲਈ ਤਿਆਰ ਹੈ ਫਿਰ ਤੇਰਾ ਨਵੇਂ ਸਿਰੋਂ ਜਨਮ ਹੋ ਸਕਦਾ। ਤੇ ਖਿਆਲ ਕਰਿਓ, ਇੱਕ ਬੀਜ ਜਿਹੜਾ ਬੀਜਿਆ ਜਾਂਦਾ ਉਹ ਧਰਤੀ ਚੋਂ ਲੱਭਦਾ ਨਹੀਂ, ਜਦੋਂ ਉਹ ਆਪਣਾ ਆਪ ਨਸ਼ਟ ਕਰ ਲੈਂਦਾ ਉਤੋਂ ਪੈਦਾ ਹੋਏ ਰੁੱਖ ਨਾਲ ਸੈਂਕੜੇ ਬੀਜ ਲੱਗਦੇ, ਪਰ ਜਿਹੜਾ ਬੀਜ ਪਹਿਲਾਂ ਬੀਜੀਦਾ ਉਹ ਨਹੀਂ ਲੱਭਦਾ। ਜਿੱਦਣ ਕਿਸੇ ਦਾ ਜਨਮ ਗੁਰੂ ਦੇ ਘਰ ਹੁੰਦਾ, ਖਿਆਲ ਕਰਿਓ ਬਿਲਕੁਲ ਗੁਰੂ ਰੀਨਿਊ ਕਰ ਦਿੰਦਾ, ਪਹਿਲਾਂ ਕੁਝ ਨਹੀਂ ਰਹਿੰਦਾ, ਸਭ ਕੁਝ ਪਹਿਲਾਂ ਮਿਟ ਦਿੰਦਾ। ਜਿਹੜੇ ਪਹਿਲੇ ਕਰਮ ਨੇ ਉਹ ਬਿਲਕੁਲ ਮਿਟ ਜਾਂਦੇ ਨੇ, ਉਹ ਕਰਮ ਨਹੀਂ ਰਹਿੰਦੇ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਵੇਂ ਮਨਮੁਖ ਬੰਦਾ ਬਗਲਾ ਹੈ ਤੇ ਗੁਰਮੁਖ ਦੀ ਤੁਲਨਾ ਹੰਸ ਨਾਲ ਦਿੱਤੀ ਹੈ, ਪਰ ਇੱਥੇ ਮਨਮੁਖ ਬਗਲੇ ਵੀ ਹੰਸ ਬਣ ਸਕਦੇ ਨੇ ਜੇ ਗੁਰੂ ਦੀ ਨਦਰ ਕਿਰਪਾ ਹੋ ਜਾਏ। ਆਪਾਂ ਇੱਥੇ ਬੈਠੇ ਹਾਂ, ਕੋਈ ਫਾਰਮੈਲਿਟੀ ਨਹੀਂ ਹੈ ਕਿ 20 ਦਿਨ ਦੇ ਦੀਵਾਨ ਰੱਖਣੇ ਨੇ, ਇਹ ਕੋਈ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ। ਇੱਥੇ ਆਪਣੇ ਅੰਦਰ ਦੀ ਗੱਲ ਗੁਰੂ ਨੂੰ ਕਹਿਣੀ ਹੈ। ਸਤਿਗੁਰੂ ਜਾਣਦੇ ਨੇ ਇੱਕ ਚੀਜ਼, ਗੁਰਮਤ ਵਿੱਚ ਹੋਰ ਬੜੀ ਕਮਾਲ ਦੀ ਹੈ, ਜਿਹੜੇ ਡਾਕਟਰ ਕੋਲ ਤੁਸੀਂ ਜਾ ਕੇ ਰੋਗ ਦੱਸਦੇ ਹੋ ਨਾ, ਡਾਕਟਰ ਨੂੰ ਨਹੀਂ ਪਤਾ, ਉਹ ਪਹਿਲਾਂ ਪੁੱਛਦਾ, ਜੇ ਉਹਨੂੰ ਬਹੁਤ ਜ਼ਰੂਰਤ ਪਵੇ, ਸਮਝ ਨਾ ਪਵੇ, ਫਿਰ ਉਹ ਕੋਈ ਸਕੈਨ ਕਰਦਾ, ਫਿਰ ਉਹ ਕੋਈ ਟੈਸਟ ਲੈਂਦਾ ਉਹਦੇ ਸਰੀਰ ਦੇ ਬਲੱਡ ਦੇ, ਤਾਂ ਫਿਰ ਉਹਨੂੰ ਬਿਮਾਰੀ ਬਾਰੇ ਪਤਾ ਲੱਗਦਾ। ਜਿਹੜੇ ਵੈਦ ਗੁਰੂ ਕੋਲ ਆਪਾਂ ਬੈਠੇ ਹਾਂ, ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਉਹਨੂੰ ਪਹਿਲਾਂ ਹੀ ਪਤਾ ਆਪਾਂ ਕੀ ਹਾਂ। ਪਰ ਇੱਕ ਸ਼ਰਤ ਗੁਰੂ ਨੇ ਫਿਰ ਰੱਖਤੀ, ਕਹਿਣ ਲੱਗੇ ਪਤਾ ਮੈਨੂੰ ਹੈ ਸਭ ਕੁਝ, ਜਿਹੜੇ ਗੁਰੂ ਕੋਲ ਆਪਾਂ ਬੈਠੇ ਹੋ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰ ਨਾਲ ਗੁਰੂ ਨੇ ਸ਼ਰਤ ਰੱਖੀ ਆਪਣੇ ਮੂੰਹ ਤੋਂ ਕਹਿ ਕੇ ਤੇਰੇ ਵਿੱਚ ਔਗਣ ਹੈ, ਆਪਣੇ ਮੂੰਹ ਤੋਂ ਕਹਿ, ਜਿਸ ਦਿਨ ਤੂੰ ਐਡਮਿਟ ਕਰ ਲਏਗਾ, ਪਹਿਲੀ ਗੱਲ ਤੇ ਬੰਦਾ ਮੰਨਦਾ ਹੀ ਨਹੀਂ ਮੇਰੇ ਚ ਕਮੀ ਹੈ, ਮਾਫ਼ ਕਰ। ਗਲਤੀ ਇੱਥੇ ਹੈ, ਇਲਾਜ ਤਾਂ ਨਹੀਂ ਸਾਡੇ ਹੋ ਰਿਹਾ, ਅਸੀਂ ਮੰਨਣ ਵਾਸਤੇ ਨਹੀਂ ਤਿਆਰ। ਹਰ ਇੱਕ ਬੰਦਾ ਆਪੋ ਆਪਣੇ ਅਹੰਕਾਰ ਵਿੱਚ, ਹਉਮੈ ਵਿੱਚ, ਈਰਖਾ ਵਿੱਚ, ਦੁਵੇਸ਼ ਵਿੱਚ, ਇਹ ਸਾਡੇ ਆਪੋ ਆਪਣੇ ਰੋਗ ਨੇ, ਆਪਾਂ ਰੋਗ ਛਪਾਉਂਦੇ ਹਾਂ, ਮੇਰਾ ਰੋਗ ਪਤਾ ਨਾ ਲੱਗੇ। ਹਜ਼ੂਰ ਨੇ ਕਿਹਾ ਮੈਨੂੰ ਪਤਾ ਹੈ ਤੇਰੇ ਰੋਗਾਂ ਦਾ, ਪਰ ਇਲਾਜ ਉਦੋਂ ਕਰਾਂਗਾ ਜਦੋਂ ਤੂੰ ਮੂੰਹ ਤੋਂ ਕਹੇਗਾ। ਤਾਂਹੀਓ ਬਾਣੀ ਵਿੱਚ ਜਦੋਂ ਤੁਸੀਂ ਸਵਈਏ ਪੜ੍ਹਦੇ ਹੋ, ਉਹਦਾ ਭਾਵ ਹੀ ਇਹ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੂੰ ਕਹਿਣਾ ਕਿ ਹਮ ਅਵਗਣ ਭਰੇ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੀ ਪਤਾ ਹੈ, ਪਰ ਆਪਾਂ ਕਹਿਣੇ ਅੰਦਰੋਂ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵਿਖ ਖਾਹੀ। ਗੁਰੂ ਨੇ ਕਿਹਾ ਆਪਣੇ ਮੂੰਹ ਤੋਂ ਕਹਿ ਉਹ ਗੱਲ ਜਿਹੜੀ ਤੇਰੇ ਅੰਦਰ ਹੈ, ਜਾਂ ਤੂੰ ਜਾਣਦਾ ਜਾਂ ਗੁਰੂ ਜਾਣਦਾ।
एक चीज अगे भी मैं बेनती एक बार लाइव तो की थी। आप सारे गुरमत के उस मार्ग के पंधी हाँ जिथे किसी ने कल पहुंचना है, किसी ने परसों पहुंचना है, किसी थोड़े दिन लगन गए, किसी जन्म भी लग सकता है। साध संगत गुरु ने को शर्त रखी है, ये ठीक है, दुनिया का दस्तूर है, हर बंदा अपना औगुण छुपाउंदा है, गुण लोकां विच जाहर करदा है। कोई भी गुण होवे आपां पंज बंदियां विच जाहर करीदा है, और जो साडे गुण की कोई गल करे मनुख बाहरों भावें हाथ जोड़ के दास कवे, अंदरों आत्मा तो पुछो कुछ अंदर हुंदा है, उस तक सुन तो बाद कुछ अंदर चलता है, वह चीज न पकड़े उगते। गुरु ने कहा तेरे औगुण जेड़े ने वह लोगों में तू छुपाने गुण प्रगट कर, यह माड़ी गल नहीं। पता जे क्यों? क्योंकि किसी का औगुण किसी शरीरधारी बंदे नूं पता लग जाए दो इफेक्ट पैंदे ने, एक ते उहदी इमेज डाउन हो जाएगी, दूजा ख्याल करे उहदी समाज विच जिहड़ी निंदिया है उहदा रुतबा है, जे किसी ते प्रभाव पैणा उह सब कुछ उल्टा जांदा है। औगुण छुपाउंदा है कोई बंदा माड़ी गल नहीं है, क्योंकि किसी नूं औगुण पता लग जाए बंदे की इमेज भी डाउन होती है, तो वह औगुण पता लगन तो बाद कई चीजा होर भी आदिया ने, जिन्हों औगुण पता लग जाए एक तो सुन के पजामा को दसद। गुरु ने एक गल कही है वह लोगों गुण दसन वाले अपने औगुण लोगों तो छुपाने वाले कोई गल नहीं, तेरे औगुणा का गुरु को पता है, हूँ गुरु तो ना छुपाई, क्योंकि लोगों दसेंगा लोग तेरी निंदा करेंगे, तेरी इमेज डाउन होएगी, इज्जत सम्मान कटेगा। ले फिर एक गल सुन, अपना औगण अपने गुरु नूं दस जाई, उहनूं सब कुछ पता है, पर दिलों कह दी दातिया इन्हां औगणां दा मैं शिकार हाँ, मैं बेक लख यतन सियाणप करन तो बाद भी महाराज औगण धोते नहीं जांदे। आ जिहड़ा पूरा शब्द ना अंदरों ना बाहरों जिहदी व्याख्या दित्ती इहदे अखीर विच महाराज कहणगे सियाणप कम नहीं आउंदी। कोई सियाणप नाल कवे ना मैं बगले तो हंस बन जा, बन ही नहीं सकदा। कोई ज्ञान नाल कवे मैनू कथा आ गई है हुण मैं हंस बन जा, तां बन नहीं सकदे। बाहरों कुछ होर हो सकदा है, जो मेरे अंदर चलदा है वह मैनू पता है। सब दे अंदर जो जो चलदा है उदों तुहानू पता है जां गुरु नूं पता है। तां हजूर ने को गल कही दिल की गुझी गल चुप चुपीते मैनू कह दई, बाणी विच इन्नी नेड़ता है। एक थान ते महाराज एक शब्द वरतते ने गुफ्तगू, गुफ्तगू का अर्थ हुंदा दो बंदे गल्लां कर रहे ने, तीजे नूं पता नहीं लगता की हो रहा, उहनूं कहिंदे गुफ्तगू। बिल्कुल कन्न दे कोल करके गल कहनी। इत्थों तक भी भगती दे अंदर गुरु ग्रंथ साहिब महाराज दी बाणी ने कहा गुरु नूं कहणा ते भगती विच प्यार विच कहण वाले इदां भी कह दिंदे ने दे कन्न सुणो अरदास जीओ। महाराज थोड़ा कन्न दे के सुणो, मैं कुछ कहना चाहुंदा, भाव बहुत नेड़े तो किसी होर नूं ना पता लगे। जग अर्ज गुफ्तम पेश को दर गोस कुन करता, उत्ते गुफ्तम दर्थ है बिल्कुल कोल होके गुरु दे गल कहनी। बाणी पढ़न वाले तेरी इन्नी क नेड़ता हो जाए दिल दी गुजी गल कोल होके कह दी पातशाह तेनू ते पता है पर औगुण मेरे विच ने, मैनू लोग हंस कहिंदे ने पर मैं असल विच बगला। पातशाह कृपा करके हंस ही बना दिओ, गुरु की करेगा फिर। हुण सुनियो पंक्ति, हजूर ने कहा गोहज गल, गोहज का अर्थ हुंदा छुपी हुई जो दिल विच ही है किसी नूं नहीं पता। गोहज गल जी की कीचे सतगुर पास, तां सर्व सुख पाई है। महाराज ने कहा सारे सुख मिल जाएंगे जब दिल की गुजी गल अपने गुरु नूं कह दई। गुरु इन्ना दयालु है कि सारे औगुण मेट के गुरु कंचन वर्गा द्वारा कर देगा, सोने वर्गा द्वारा कर देगा। अपना सिर्फ अरदास करनी है, आओ एक बार हाथ जोड़ के अरदास करिए। समा मेरा समाप्त है। गुरु ग्रंथ साहिब महाराज सब कुछ साडे दिल दी जानते ने, एवें आपां क्या ना करिए प्रगट गुरां की दे, वाकई प्रगट है। मन विच मन लो महाराज तुसीं बैठे हो, तुहानूं पता है सब, और जो दर्शन भी कर दे ना एक बार नजर भर के गुरु ग्रंथ साहिब महाराज के दर्शन करया करो। अरदास विच कही दे ना दसां पातशाहियां दा नाम लैके फिर कीते
दसा पातशाहियां दी जोत साहिब श्री गुरु ग्रंथ साहिब जी के पाठ दर्शन दीदार का ध्यान करके बोलो जी। दीदार है बिल्कुल नजर भर के सिख सामने खड़े ते जो मत्था टेके ना रज के नजर भर के गुरु नूं वेखे तुसीं दुनिया विच वेखदे हो आपां किन्नी गौर नाल वेखी दे फलाना बंदा किते वेख्या लगदा इहदा चेहरा मोहरा नैण नक्शे कौन है बुरी गौर नाल वेखी दे किते गुरु नूं भी नजर भर के वेखो अंदर वस जाएगा। अपना सतगुरु जी के चरणों में अरदास करनी गुरु अर्जन देव महाराज कहते ने कोई अरदास करया कर काम क्रोध लोभ झूठ निंदा आ है औगुण काम क्रोध लोभ झूठ निंदा इन ते आप छडावो ए पीतर तिन को डारो अपन निकट बुलावो। महाराज असी छुपा के बने हुए हंस अंदरों बगले अंदर कुछ हो रहा है बाहर कुछ हो रहा है तुसी जान दे कृपा करके हुण आप ही नदर कर दे कहो गुरु नूं हाथ जोड़ के अपनी सारयां दी अरदास प्रवान होवे। महाराज नूं प्यार नाल कहो पातशाह जी काम क्रोध लोभ झूठ निंदा इन ते आप छडावो ए पितर तिन को डारो अपन निकट बुलावो ते अरदास की करनी नानक की बेनंती हर पै अपना नाम जपावो आखो नानक की बेनंती हर पै अपना नाम नानक की बेनंती हर पै अपना नाम सारे आखो अपना नाम जपावो नानक की बेनंती हर पै अपना नाम जपावो नानक की बेनंती हर पै अपना नाम नानक की बेनंती अपना नाम जपावो नानक की बेनंती काम क्रोध लोभ झूठ निंदा काम क्रोध लोभ झूठ निंदा काम क्रोध झूठ निंदा काम क्रोध इनते आप छडावो नानक की बेनंती हर पै इनते आप छडावो नानक की बेनंती हर पै इनते नानक की बेनंती हर पै इनते आप ए पितर तेन को डारो ए पितर तेन को डारो ए पितर तेन को ए पितर तेन को अपन निकट बुलावो नानक की बेनंती हर पै अपन निकट बुलावो नानक की बेनंती हर पै अपन निकट नानक की बेनंती हर पै अपन निकट उठद्यां बहिंद्यां अरदास करनी फिरत फिरत प्रभ आया पर तो शरण आए नानक की प्रभ बेनती अपनी भगती लाए। सा संगत सिख दे कोल अरदास ही है होर कुछ नहीं जिड्डा मर्जी जती होवे सती होवे जपी होवे तपी होवे आपां रहरा साहब दा पाठ कीता ना महाराज ने अरदास नाल ही छुटकारा होना होवे तेरा जप तप गुरु ने कड़ा गिनती करनी किन्ने पाठ कीते पर तेनू कहना पैना कि जप तप संजम धर्म ना कमाया सेवा साध ना जानिया हर राया कहो नानक हम नीच करमा शरण परे की
ਇਹ ਨਹੀਂ ਕਿ ਮਨ ਵਿੱਚ ਭੁਲੇਖਾ ਪੈ ਜਾਵੇ ਮੇਰਾ ਆਚਰਣ ਬਹੁਤ ਉੱਚਾ ਜੀ। ਗੁਰੂ ਨੇ ਕਿਹਾ ਹੋਵੇ ਉਹ ਸੋਨੇ ਤੇ ਸੁਹਾਗਾ ਪਰ ਤੇਰਾ ਮਨ ਨੀਵਾਂ ਹੋਣਾ ਚਾਹੀਦਾ। ਤੂੰ ਗੁਰੂ ਅੱਗੇ ਕਹਿ ਕਿ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਸਤਿਗੁਰੂ ਦਾ ਹੱਥ ਹੈ ਤਾਂ ਆਪਾਂ ਉੱਚੇ ਆ। ਜੇ ਮਹਾਰਾਜ ਆਪਣਾ ਹੱਥ ਚੁੱਕ ਲੈਣ ਤਾਂ ਇੱਕ ਚੀਜ਼ ਖਿਆਲ ਵਿੱਚ ਰੱਖਿਓ ਬੰਦੇ ਦੇ ਗੁਣ ਇੱਕ ਪਲ ਵਿੱਚ ਔਗਣ ਬਣ ਜਾਂਦੇ ਨੇ ਗੁਣ ਵੀ ਔਗਣ ਬਣ ਜਾਣਗੇ। ਇਹ ਗੁਰੂ ਦਾ ਮਿਹਰ ਭਰਿਆ ਹੱਥ ਹੋਵੇ ਤਾਂ ਸਾਡੇ ਔਗਣ ਵੀ ਦੁਨੀਆਂ ਵਿੱਚ ਗੁਣ ਦਿਸਦੇ ਨੇ ਗੁਣ। ਜੇ ਮਹਾਰਾਜ ਹੱਥ ਚੁੱਕ ਲੈਣ ਸਿਰ ਤੋਂ ਤਾਂ ਸਾਹ ਸੰਗਤ ਗੁਣਵਾਨ ਬੰਦਿਆਂ ਦੇ ਵੀ ਔਗਣ ਦਿਸਣ ਲੱਗ ਪੈਂਦੇ। ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ ਅਸੀਂ ਸੱਚਮੁੱਚ ਗੁਰੂ ਦੇ ਹੰਸ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਪੁੱਲ ਚੁੱਕ ਦੀ ਖਿਮਾ ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ। ਅਗਲਾ ਪ੍ਰੋਗਰਾਮ ਸਰਵਣ ਕਰੋ ਅਦਬ ਸਤਿਕਾਰ ਸਹਿਤ ਅਸੀਸ ਬਖਸ਼ਣੀ ਭੁੱਲਾਂ ਨਾ ਚਿਤਾਰਨੀਆਂ। ਮੈਂ ਦਿੱਤੇ ਸਮੇਂ ਤੋਂ ਆਪਣੇ ਲੇਟ ਪਹੁੰਚਿਆ ਕਿਸੇ ਕਾਰਨ ਕਰਕੇ ਉਹਦੇ ਲਈ ਸਮੂਹ ਸਾਧ ਸੰਗਤ ਤੋਂ ਹੱਥ ਜੋੜ ਕੇ ਮਾਫ਼ੀ ਚਾਹੁੰਦੇ। ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾਓ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਸਭਨਾ ਅੰਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਦੇ ਰਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲਮ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।